ਲਿਖੇ ਸੱਜਣ ਨੂੰ ਜਾਂ ਗੁਰੂ ਦੀ ਕਿਰਪਾ ਦੁਆਰਾ ਅਤੇ ਕਵਿਤਾ ਦੁਆਰਾ ਗੁਰੂ ਕਾ ਜਸ ਨਾ ਕਰਕੇ ਨਿਹਾਲ ਕਰਨ ਵਾਲੇ ਸੱਜਣ ਦੇ ਪਿੱਛੋਂ ਮੇਰੇ ਵਰਗੇ ਅਨਪੜ੍ਹ ਬੰਦੇ ਦਾ ਬੋਲਣਾ ਸੋਭਦਾ ਨਹੀਂ। ਜੋ ਅੱਜ ਦੇ ਦਿਨ ਆਪਾਂ ਇੱਥੇ ਇਕੱਤਰ ਹੋਏ ਹਾਂ, ਸਿੱਖ ਕੌਮ ਵਾਸਤੇ ਬੜਾ ਭਾਰੀ ਇਹ ਆਉਣ ਵਾਲੇ ਸਮੇਂ ਵਿੱਚ ਪ੍ਰੇਰਨਾ ਦੇਣ ਵਾਲਾ ਮਹਾਨ ਦਿਨ ਹੈ। ਭਾਈ ਬਖਸ਼ੀਰ ਸਿੰਘ ਜੀ ਦਿਆਲਪੁਰੀ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਦੱਸੇ ਹਨ, ਅਨੇਕ ਪ੍ਰਕਾਰ ਦੇ ਗੁਰੂਆਂ ਦਾ ਵੀ ਵਰਣਨ ਕੀਤਾ ਹੈ। ਭਾਵੇਂ ਚਾਰ ਪ੍ਰਕਾਰ ਦੇ ਗੁਰੂ ਸ਼ਬਦ ਉਹਨਾਂ ਨੇ ਵਰਤਿਆ ਸੀ, ਉਹਨਾਂ ਵਿੱਚੋਂ ਵੀ ਗਾਹ ਕਈ ਅਨੇਕ ਪ੍ਰਕਾਰ ਦੇ ਹੋਰ ਪੈਦਾ, ਗਿੱਦੜ ਗੁਰੂ, ਸ਼ੇਰ ਗੁਰੂ, ਬਿੱਲਾ ਗੁਰੂ, ਇਹ ਨਾਂ ਹਨ ਗ੍ਰੰਥਾਂ ਵਿੱਚ ਇਹਨਾਂ ਚੀਜ਼ਾਂ ਦੇ। ਅਤੇ ਕਵਿਤਾ ਸੁਣਾਉਂਦਿਆਂ ਸੁਣਾਉਂਦਿਆਂ ਉਹਨਾਂ ਆਪਣੇ ਵਿਚਾਰ ਵਿੱਚ ਇਹ ਵੀ ਪ੍ਰਗਟ ਕੀਤਾ ਸੀ ਕਿ ਨਿਮਕ ਹਰਾਮੀ ਜੋ ਗੰਗੂ ਹੈ ਮਾਇਆ ਦੇ ਲਾਲਚ ਵਿੱਚ ਆ ਕੇ ਬੜਾ ਭਾਰੀ ਪਾਪ ਕੀਤਾ, ਉਸਦੇ ਮਨ ਵਿੱਚ ਚੋਰ ਪ੍ਰਵੇਸ਼ ਹੋਇਆ। ਅਤੇ ਚੋਰ ਵੀ ਚਾਰ ਪ੍ਰਕਾਰ ਦੇ ਮੰਨੇ ਹਨ, ਚਾਰ ਪ੍ਰਕਾਰ ਦੇ ਚੋਰਾਂ ਵਿੱਚੋਂ ਕਵੀ ਵੀ ਚਾਰ ਪ੍ਰਕਾਰ ਦੇ ਮੰਨੇ ਹਨ। ਸਿਆਣੇ ਦਾ ਵਿਚਾਰ ਹੈ ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰਵਤ, ਏਕ ਕਵੀ ਅਵਧੂਤ। ਪ੍ਰਸ਼ਨ ਹੈ ਅੱਗੇ ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਤ, ਕੌਣ ਕਵੀ ਅਵਧੂਤ। ਅੱਗੇ ਉੱਤਰ ਹੈ ਇਹਨਾਂ ਚੀਜ਼ਾਂ ਦਾ ਕਾਵਿ ਚੁਰਾਏ ਭਾਰਜਾ, ਜਿਹੜਾ ਕਿਸੇ ਦੀ ਕਵਿਤਾ ਚੁਰਾ ਕੇ ਅਤੇ ਪਿੱਛੋਂ ਆਪਣਾ ਨਾਂ ਉਸ ਵਿੱਚ ਪਾ ਲਵੇ ਉਹਨੂੰ ਇਸਤਰੀ ਕਵੀ ਮੰਨਿਆ ਗ੍ਰੰਥਾਂ ਨੇ। ਕਾਵਿ ਚੁਰਾਏ ਭਾਰਜਾ ਅਰਥ ਚੁਰਾਏ ਪੂਤ, ਜਿਹੜਾ ਕਿਸੇ ਦੇ ਅਰਥ ਚੁਰਾ ਕਰਕੇ ਫਿਰ ਕਹੇ ਕਿ ਮੈਨੂੰ ਆਪਣੀ ਬੁੱਧੀ 'ਚੋਂ ਸਫਰ ਮੰਨਦੇ ਹਨ, ਉਸਨੂੰ ਪੁੱਤਰ ਕਵੀ ਮੰਨਿਆ। ਦ੍ਰਿਸ਼ਟਾਂਤ ਚੁਰਾਏ ਮਿੱਤਰਵਤ, ਜਿਹੜਾ ਕਿਸੇ ਦਾ ਦ੍ਰਿਸ਼ਟਾਂਤ ਲੈ ਕੇ ਫਿਰ ਸੰਗਤਾਂ ਵਿੱਚ ਉਹ ਸੁਣਾਵੇ ਉਸਨੂੰ ਮਿੱਤਰ ਕਵੀ ਮੰਨਿਆ। ਪਰ ਸੁੱਤੇ ਰਚੇ ਅਵਧੂਤ, ਜਿਹੜਾ ਆਪਣੇ ਆਪ ਤੋਂ ਰਚੇ ਉਹਨੂੰ ਸ਼ੁੱਧ ਕਵੀ ਮੰਨਿਆ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਭਾਈ ਬਖਸ਼ੀਰ ਸਿੰਘ 'ਤੇ ਕਿਰਪਾ ਕੀਤੀ ਹੈ, ਇਹ ਕਿਸੇ ਦੇ ਆਸਰੇ ਨਾਲ ਨਹੀਂ, ਗੁਰੂ ਦਾ ਆਸਰਾ ਲੈ ਕੇ ਆਪ ਇਹ ਕਵਿਤਾ ਮੌਕੇ ਦੇ ਮੁਤਾਬਕ ਰਚ ਕੇ ਸੰਗਤਾਂ 'ਚ ਸੁਣਾ ਕੇ ਜਸ ਖੱਟਦਾ ਅਤੇ ਕਰਦਾ ਹੈ। ਇਸੇ ਕਾਰਨ ਹੀ ਸਾਰੀ ਸੰਗਤ ਸੁਣਾ ਤਿਆਰ ਕਰਦੀ ਹੈ। ਇੱਕ ਕਵੀ ਚੋਰ ਹੁੰਦਾ, ਇੱਕ ਧਨ ਦਾ ਚੋਰ ਹੁੰਦਾ, ਇੱਕ ਮਨ ਦਾ ਚੋਰ ਹੈ ਅਤੇ ਇੱਕ ਨਾਮ ਦਾ ਚੋਰ ਹੈ। ਸਤਿਗੁਰੂ ਜੀ ਨੇ ਫਰਮਾਇਆ ਨਾਮ ਦੁਰਾਏ ਚੱਲੇ ਸੋ ਚੋਰ, ਜਿਹੜਾ ਨਾਮ ਨੂੰ ਛੁਪਾ ਕੇ ਚੱਲੇ ਭਾਵ ਜਪੇ ਨਾ, ਸਭ ਤੋਂ ਵੱਡਾ ਚੋਰ ਉਹ ਹੈ। ਆਪਾਂ ਇੱਥੇ ਇਕੱਤਰ ਹੋਏ ਹਾਂ, ਮਨਾਂ ਵਿੱਚ ਵਿਚਾਰ ਕਰਕੇ ਜਾਣੀ ਹੈ
ਭਾਵੇਂ ਮੈਂ ਸਮਾਨ ਤਾਂ ਹੋਰ ਤਿਆਗ ਚੱਲਣਾ ਸੀ ਪਰ ਚੋਰ ਸ਼ਬਦ ਉਹਨਾਂ ਨੇ ਆਪਣੇ ਕਵਿਤਾ ਵਿੱਚ ਵਰਤ ਦਿੱਤਾ ਕਰਕੇ ਯਾਦ ਆ ਗਿਆ। ਆਪਾਂ ਇੱਥੇ ਚੋਰ ਬਣ ਕੇ ਜਾਣਾ ਜਾਂ ਬਣ ਕੇ ਆਇਆ ਹੈ ਜਾ ਕੇ ਚੋਰੀ ਦਾ ਤਿਆਗ ਕਰਕੇ ਜਾਣਾ, ਇਹ ਚੀਜ਼ ਆਪਾਂ ਚੇਤੇ ਰੱਖਣੀ ਹੈ। ਮਹਾਰਾਜ ਕਹਿੰਦੇ ਹਨ ਤੇ ਤਸਕਰ ਜੋ ਨਾਮ ਨਾ ਲੇਵਾ ਹੈ ਵਾਸਾ ਕੋਟ ਪੰਚਾਸਾ, 55 ਕਰੋੜ ਪ੍ਰਕਾਰ ਦੀ ਧਰਤੀ ਹੈ ਉਹਦੇ ਵਿੱਚੋਂ ਜਿਹੜੀ 50 ਕਰੋੜ ਧਰਤੀ ਮੰਨੀ ਹੈ ਗ੍ਰੰਥਾਂ ਨੇ, ਉਹਦੇ ਵਿੱਚ ਉਹ ਲੋਕਾਂ ਦਾ ਵਾਸਾ ਹੁੰਦਾ ਹੈ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਭਜਨ ਨਹੀਂ ਕਰਦੇ, ਗੁਰੂ ਕੀ ਸਿੱਖਿਆ 'ਤੇ ਨਹੀਂ ਚੱਲਦੇ। ਇਹਦੇ 'ਤੇ ਅਖੀਰਲੇ ਦਿਨ ਮੈਂ ਬੋਲਾਂ। ਗੁਰਮਤਿ ਕੈਂਪ ਜੋ ਅੱਖਰ ਤੁਹਾਡਾ ਕੇਵਲ ਗੁਰਮਤਿ ਕੈਂਪ 'ਤੇ ਨਸ਼ਿਆਂ ਅੱਖਰਾਂ 'ਤੇ ਉਹਦੇ ਵਿਸਤਾਰ ਸਹਿਤ ਕੁਝ ਕਹਾਂਗੇ ਤੁਹਾਡੇ ਚਰਨਾਂ 'ਚ। ਉਹ ਲੋਕ ਚੋਰ ਹਨ ਜੋ ਨਾਮ ਨਹੀਂ ਜਪਦੇ। ਉਹ ਲੋਕ 50 ਕਰੋੜ ਜਿਹੜੀ ਤਾਂਬੇ ਦੀ ਧਰਤੀ ਮੰਨੀ ਹੈ ਉਹਦੇ ਵਿੱਚ ਉਹਨਾਂ ਦਾ ਵਾਸਾ ਗ੍ਰੰਥਾਂ ਨੇ ਮੰਨਿਆ ਹੈ ਕਿ ਆਪਾਂ ਉਸ ਦੇ ਵਸਨੀਕ ਹੋਣਾ, ਜਾ ਕੇ 84 ਦਾ ਬੰਧਨ ਕੱਟ ਕੇ ਮਾਨਸ ਦੇ ਨੂੰ ਸਫਲਿਆਂ ਕਰਕੇ ਉਸ ਅਕਾਲ ਪੁਰਖ ਦੇ ਲੜ ਲਾ ਕੇ ਉਹਦੀ ਗੋਦ ਦਾ ਨਿੰਗ ਮੰਨਣਾ ਹੈ। ਇਹਦੇ ਬਾਰੇ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਮਨ ਵਿੱਚ ਆਪਣੇ ਵਿਚਾਰ ਰੱਖਣੀ ਚਾਹੀਦੀ ਹੈ। 84 ਲੱਖ ਜੂਨ ਭੋਗ ਕੇ ਮਾਨਸ ਦੇ ਮਿਲੀ ਹੈ ਅਤੇ ਮਾਨਸ ਦੇ ਮਿਲੀ ਕਿਸ ਵਾਸਤੇ ਹੈ? ਪਰਮੇਸ਼ਰ ਦੀ ਸਖਿਆਤਤਾ ਵਾਸਤੇ, ਪ੍ਰਗਟਤਾ ਵਾਸਤੇ, ਦਰਸ਼ਨਾਂ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ। ਉੱਥੇ ਕੀ ਕਰਨਾ? ਗੱਲਾਂ ਕਰਨੀਆਂ, ਗਾਣੇ ਗਾਉਣੇ ਆ ਜਾਂ ਰੂਪ ਵੇਖ ਕੇ ਭਰਮੀ ਜਾਣਾ? ਨਹੀਂ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਇੱਕੋ ਇੱਕ, ਕੇਵਲ ਨਿਸ਼ਚੇ ਕਰਕੇ ਦ੍ਰਿੜਤਾ ਸਹਿਤ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰ ਉਹ ਏਕ ਕੀ ਸਰਨ, ਇੱਕ ਵਾਹਿਗੁਰੂ ਅਕਾਲ ਪੁਰਖ ਦੀ ਸਰਨ 'ਚ ਪਵੋ, ਮਨੁੱਖਾਂ ਦੀ ਸਰਨ ਦਾ ਤਿਆਗ ਕਰੋ। ਸਤਿਗੁਰੂ ਦੇ ਦਰ ਵਿੱਚ ਆ ਕੇ ਜੇ ਕਿਸੇ ਹੋਰ ਮਨੁੱਖ 'ਤੇ ਆਸ ਰੱਖਾਂਗੇ ਤਾਂ ਬੜਾ ਭਾਰੀ ਘਾਟਾ ਪਵੇਗਾ। ਦੁਖੀ ਦੁਨੀ ਸਿਹੇੜੀਆ, ਜਾਏ ਤਾਂ ਲੱਗਾ ਦੁੱਖ, ਨਾਨਕ ਸੱਚੇ ਨਾਮਨ ਕਿਸੇ ਨਾਲ ਲੱਥੋ ਭੁੱਖ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਆਸਾਂ ਦੀ ਭੁੱਖ ਨਹੀਂ ਮਿਟਦੀ, ਤ੍ਰਿਸ਼ਨਾ ਦੇ ਤੇ ਨਹੀਂ ਦੂਰ ਹੁੰਦੇ। ਜਿਸ ਪਰਮੇਸ਼ਰ ਨੇ ਆਪਾਂ ਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ, ਪਹਿਲਾਂ ਤਾਂ ਮਨੁੱਖਾ ਜਨਮ ਦਿੱਤਾ ਅਤੇ ਮਨੁੱਖਾ ਜਨਮ ਵੀ ਸਿੱਖਾਂ ਦੇ ਘਰੇ ਦਿੱਤਾ ਅਤੇ ਸਿੱਖਾਂ ਦੇ ਘਰੇ ਵੀ ਪੰਜਾਬ ਵਿੱਚ ਦਿੱਤਾ ਅਤੇ ਪੰਜਾਬ ਵਿੱਚ ਵੀ ਆਪਾਂ ਨੂੰ ਅੰਮ੍ਰਿਤਸਰ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਆ ਹੈ। ਇਹਨੂੰ ਵੱਡੇ ਆਪਾਂ ਹੋਰ ਬਖਸ਼ਿਸ਼ ਗੁਰੂ ਕੋਲ ਕੀ ਭਾਲਦੇ ਹਾਂ? ਸਤਿਗੁਰੂ ਦੀ ਪਵਿੱਤਰ ਰਸਨਾ ਤੋਂ ਉੱਚਰੀ ਹੋਈ ਅੰਮ੍ਰਿਤਮਈ ਧੁਰਕੀ ਬਾਣੀ ਆਏ ਤੁਨ ਸਗਲੀ ਚਿੰਤ ਮਿਟਾਈ ਦੁਆਰਾ। ਸਤਿਗੁਰੂ ਦਾ ਫਰਮਾਨ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼
ਮਿਲਨ ਕੀ ਬਰੀਆ ਚਰਮ ਕਾਲ ਇਹ ਦੇਹ ਸੰਜਰੀਆ। ਸਿਆਣਿਆਂ ਦਾ ਵਿਚਾਰ ਹੈ 20 ਲੱਖ ਅਸਥਾਵਰ ਜਨ, 9 ਲੱਖ ਜਲਚਰ ਸਮਨ, 11 ਲੱਖ ਪੂਰਮ ਕਵੀ ਗਾਏ, ਪੰਛੀ ਗਨ 10 ਲੱਖ ਬਿਤਾਏ, 30 ਲੱਖ ਅਸ ਜਨ ਭਾਈ, 4 ਲੱਖ ਬਾਨਰ ਦੁਖਦਾਈ, ਜਲ 84 ਜੇ ਕੱਟ ਆਵੇ ਤਾਂ ਮਾਨਸ ਕੇ ਤਿਨਕੋ ਪਾਵੇ। ਇੰਨੀਆਂ ਜੂਨਾਂ ਧੋ ਕੇ ਆਪਾਂ ਨੂੰ ਖਾਲਸਾ ਜੀ ਮਾਨਸ ਦੇ ਮਿਲੀ ਹੈ, ਅਤੇ ਜੇ ਮਨੁੱਖਾਂ ਦੇ ਪ੍ਰਾਪਤ ਕਰਕੇ ਸਿੱਖਾਂ ਦੇ ਘਰ ਜੰਮ ਕੇ ਅਤੇ ਫਿਰ ਆਪਾਂ ਕੈਂਚੀ ਅਤੇ ਪੁੱਛਣ ਦਾ ਸ਼ਿਕਾਰ ਹੋ ਰਹੀਏ ਕਿ ਆਪਾਂ ਨੂੰ ਕੋਈ ਸਿਆਣਾ ਕਹੇਗਾ। ਭਗਤ ਕਬੀਰ ਜੀ ਦਾ ਬਚਨ ਹੈ, ਕਾਹੇ ਕਿ ਕੁਸਲਾਤ ਹਾਥ ਦੀਪ ਕੂਏ ਪਰ। ਕਿਹਦੀ ਕੁਸਲਾਤ ਗਲਤੀ ਕਹੋਗੇ, ਹੱਥ 'ਚ ਦੀਵਾ ਹੋਵੇ, ਅੱਖਾਂ ਤੁਹਾਡੀਆਂ ਬਲੌਰਾਂ ਵਰਗੀਆਂ, ਨੇਤਰ ਚੰਗੇ ਹੋਣ, ਨਿਗਾਹ ਪੂਰੀ ਹੋਵੇ, ਖੂਹ ਕੁੱਟਿਆ ਹੋਵੇ, ਅਤੇ ਫਿਰ ਕੜੰਮ ਦੇਣੇ ਉਹਦੇ ਛਾਲ ਮਾਰ ਦੀਏ, ਅੱਖਾਂ ਨੂੰ ਭਗਣਾ ਕੋਈ ਨਹੀਂ, ਨਾ ਕੋਈ ਦੀਵੇ ਦਾ ਗੁਨਾਹ ਹੈ, ਉਹ ਹੈ ਅਤੇ ਖੋਪੜੀ ਦਾ ਹੈ, ਦਿਮਾਗ ਦਾ ਹੈ। ਅਤੇ ਜੇ ਗੁਰੂ ਨੇ ਇਹ ਦਿੱਤਾ, ਇਹਦੀ ਪ੍ਰਾਪਤੀ ਦੇ ਬਾਵਜੂਦ ਵੀ ਆਪਾਂ ਕਹੀਏ ਕਿ ਸਾਨੂੰ ਕੁਝ ਹੋਰ ਚਾਹੀਦਾ ਹੈ, ਉਹ ਠੀਕ ਨਹੀਂ ਹੋਵੇਗਾ। ਕਈਆਂ ਵੀਰਾਂ ਦਾ ਇਹ ਵੀ ਖਿਆਲ ਰਹਿੰਦਾ ਕਿ ਗੁਰੂ ਨੇ ਸਾਨੂੰ ਕੀ ਦਿੱਤਾ ਹੈ। ਪਰਸੋਂ ਬਾਤ ਸੁਣ ਰਿਹਾ ਸੀ, ਸ਼ਾਇਦ ਕੱਲ੍ਹ ਦੀ ਗੱਲ ਹੋਵੇ, ਮੈਨੂੰ ਖਿਆਲ ਭੁੱਲ ਗਿਆ ਹੋਵੇ, ਇੱਕ ਸਿਆਣੇ ਸੱਜਣ ਨੇ ਕੁਝ ਆਪਣੇ ਵਿਚਾਰ ਉੱਪਰ ਤੁਹਾਡੇ ਕੋਲ ਰੱਖੇ ਸੀ। ਉਹਨਾਂ ਦੇ ਵਿਚਾਰਾਂ ਵਿੱਚ ਕਿਹਾ ਸੀ ਕਿ ਸਾਨੂੰ ਕੁਝ ਖਿਆਲ ਰੱਖਣਾ ਚਾਹੀਦਾ ਹੈ, ਕੁਝ ਅੱਖਰ ਉਹਨਾਂ ਵਰਤੇ ਸੀ, ਮੈਨੂੰ ਵਿਸਰ ਗਏ ਹੋ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲਾਂ ਆਪਣਾ ਭਾਂਡਾ ਸਾਫ਼ ਕਰਨਾ ਚਾਹੀਦਾ ਹੈ। ਜੇ ਅਸੀਂ ਅੰਮ੍ਰਿਤ ਛੱਕ ਵੀ ਲਈਏ, ਮੈਂ ਸੁਣ ਰਿਹਾ ਸੀ ਥੱਲੇ ਉਦੋਂ, ਜੇ ਅਸੀਂ ਅੰਮ੍ਰਿਤ ਛੱਕ ਵੀ ਲਈਏ, ਬਾਣੀ ਪੜ੍ਹ ਵੀ ਲਈਏ, ਉਹਦੇ 'ਤੇ ਤੁਰੀਏ ਨਾ, ਉਹਦਾ ਲਾਭ ਕੀ ਹੋਵੇਗਾ। ਸ਼ਾਇਦ ਉਸਨੇ ਪਤਾ ਨਹੀਂ ਕਿਸ ਖਿਆਲ ਨਾਲ ਪ੍ਰੇਮੀ ਨੇ ਵਿਚਾਰ ਦਿੱਤਾ, ਉਹਦਾ ਆਪਣਾ ਵਿਚਾਰ ਹੋਵੇਗਾ ਦੁਨਿਆਵੀ ਵਿੱਦਿਆ ਦਾ। ਖਾਲਸਾ ਜੀ, ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ। ਸਰੀਰ ਅਤੇ ਸਵਾਸਾਂ ਦਾ ਜਿਤਨਾ ਸੰਬੰਧ ਹੈ, ਅੰਮ੍ਰਿਤ ਦਾ ਇਦੋਂ ਵੀ ਜ਼ਿਆਦਾ ਸੰਬੰਧ ਹੈ ਸਰੀਰ ਨਾਲ, ਸਿੱਖੀ ਨਾਲ ਬਹੁਤ ਜ਼ਰੂਰੀ ਹੈ। ਜਿਹੜਾ ਇਹ ਕਿਹਾ ਜਾਂਦਾ ਜੀ ਕੀ ਲਾਭ ਹੋਵੇਗਾ ਜੇ ਬਾਣੀ ਪੜ੍ਹ ਵੀ ਲਈ, ਅੰਮ੍ਰਿਤ ਛੱਕ ਵੀ ਲਿਆ, ਉਹਦਾ ਲਾਭ ਤਾਂ ਪਾਕਿਸਤਾਨ ਦੱਸਿਆ ਜਾ ਸਕਦਾ ਜੇ ਕੋਈ ਸਿਰਾ ਹੋਵੇ। ਉਹਦੇ ਬਾਰੇ ਇੰਨਾ ਹੀ ਕਿਹਾ ਜਾਵੇਗਾ, ਕਹਿਦੇ ਕੋਈ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਭਾਵੇਂ ਪਰਮੇਸ਼ਰ ਦੀ ਸਿੱਖਿਆ ਪਰੇ ਪ੍ਰਥਾਇਆ ਸ਼ਬਦ। ਭਾਈ ਸ਼ਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਜਿਸ ਵੇਲੇ ਸ਼ਹੀਦੀ ਦੇਣ ਲੱਗੇ ਹੈ, ਉਸ ਵੇਲੇ ਉਹਨਾਂ ਦੇ ਸਾਥੀ ਪਹਿਰੇਦਾਰ ਨੇ ਜਾਂ ਉਸ ਮੌਕੇ ਦੇ ਹਾਕਮ ਨੇ ਕਿਹਾ ਸੀ ਕਿ ਤੁਹਾਨੂੰ ਇਹ ਚਰਖੜੀ ਵਿੱਚੋਂ ਕੀ ਮਿਲਦਾ, ਤਾਂ ਭਾਈ ਸ਼ਬੇਗ ਸਿੰਘ ਨੇ ਉੱਤਰ ਦਿੱਤਾ ਸੀ ਜਾਂ ਸ਼ਾਹਬਾਜ ਸਿੰਘ ਨੇ ਕਿ ਗੁਰਮੁਖਾ ਤੈਨੂੰ ਇਹ ਪਤਾ ਨਹੀਂ ਕਿਤੇ ਚਰਖੜੀ ਦੇ ਦੰਦਾਂ 'ਚ ਝੂਠਾ ਲੈ ਕੇ ਵੇਖੇ ਤਾਂ ਤੈਨੂੰ ਪਤਾ ਲੱਗੇ ਵਿੱਚ ਰਸ ਕਿੰਨਾ। ਜਿਹੜਾ ਬੰਦਾ ਕੇਵਲ ਕਥਨੀ ਕਰੀ ਜਾਂਦਾ, ਕਰਨੀ ਵਿੱਚ ਨਹੀਂ ਆਉਂਦਾ, ਉਹਨੂੰ ਆਨੰਦ ਕਾਹਦਾ ਆਉਣਾ। ਤੁਹਾਡੇ ਅੱਗੇ ਥਾਲੀ ਰੱਖੀ ਹੋਵੇ, ਪ੍ਰਸ਼ਾਦਾ ਉਹਦੇ 'ਚ ਪਰੋਸਿਆ ਹੋਵੇ, ਅਤੇ ਤੁਸੀਂ ਕਹੇ ਚਲੋ ਨਹੀਂ ਭੁੱਖ ਲੱਗੀ ਆ, ਖਾਵੋ ਨਾ,
ਪੇਟ ਭਰ ਜਾਵੇਗਾ, ਬਿਲਕੁਲ ਨਹੀਂ ਭਰੇਗਾ, ਭੁੱਖੇ ਰਹੋਗੇ, ਪ੍ਰਸ਼ਾਦਾ ਤੁਹਾਨੂੰ ਖਰਾਬ ਹੋ ਜਾਏ। ਜਦੋਂ ਤੱਕ ਆਪਾਂ ਉਸ ਰਸਤੇ ਤੁਰਦੇ ਨਹੀਂ, ਤੁਹਾਨੂੰ ਕੀ ਪਤਾ ਤਦੋਂ ਤੱਕ ਕਿ ਇਸ ਰਸਤੇ ਵਿੱਚ ਆਨੰਦ ਕਿੰਨਾ ਕੁ ਹੈ। ਦਿਆਲਪੁਰੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ ਕਿ ਮਾਇਆ ਪੈਸਾ ਹੀ ਪੈਸਾ ਸਾਰਾ ਕੁਝ। ਦੁਨਿਆਵੀ ਲੋਕਾਂ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੇ ਵਿਚਾਰ ਰੱਖੇ ਹੈ ਮੌਕੇ ਮੁਤਾਬਕ, ਕਿ ਦੁਨਿਆਵੀ ਲੋਕਾਂ ਦੀ ਸੋਚ ਵੀ ਇਹ ਹੀ ਹੈ। ਉਹਨਾਂ ਨੇ ਆਪਣੀ ਕਵਿਤਾ ਵਿੱਚ ਰਾਜਨੀਤਿਕਾਂ ਦੇ ਪੱਖ ਨੂੰ ਨਾਲ ਨਾਲ ਆਰੰਭ ਕਰਕੇ ਤੋੜਦਿਆਂ ਹੋਇਆਂ ਇਹ ਵਿਚਾਰ ਪ੍ਰਗਟ ਕੀਤੇ ਹੈ। ਪਰ ਜੇ ਆਪਾਂ ਮਾਇਆ ਦੇ ਮਗਰ ਪੈ ਜਾਈਏ, ਮਾਇਆ ਖਾਲਸਾ ਜੀ ਖੜੋ ਨਹੀਂ ਸਕਦੇ, ਪਰਛਾਵਾਂ ਹੈ। ਗੁਰੂ ਸਾਹਿਬ ਦਾ ਫਰਮਾਨ ਵੀ ਹੈ, ਗਹੁ ਕਰ ਤਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਮਨੁੱਖ ਤੁਰਿਆ ਜਾ ਰਿਹਾ ਹੈ, ਪਰਛਾਵਾਂ ਨਾਲ ਨਾਲ ਤੁਰਿਆ ਜਾਂਦਾ ਹੈ। ਜੇ ਮਨੁੱਖ ਪਰਛਾਵੇਂ ਵੱਲ ਮੁੜ ਕੇ ਉਹਨੂੰ ਪਕੜਨ ਦੀ ਕੋਸ਼ਿਸ਼ ਕਰੇ, ਥੱਕ ਜਾਵੇਗਾ, ਡਿੱਗ ਪਵੇਗਾ, ਪਰ ਪਰਛਾਵਾਂ ਹੱਥ ਵਿੱਚ ਨਹੀਂ ਆਵੇਗਾ। ਮਾਇਆ ਇੱਕ ਪਰਛਾਵਾਂ ਹੈ, ਨਾਮ ਇੱਕ ਸਰੂਪ ਹੈ। ਨਾਮ ਰੂਪ ਸਰੂਪ ਦੇ ਪਿੱਛੇ ਪਿੱਛੇ ਮਾਇਆ ਰੂਪੀ ਪਰਛਾਵਾਂ ਆਉਂਦਾ। ਸਤਿਗੁਰੂ ਜੀ ਨੇ ਬਚਨ ਕਹਿ ਰਿਧ ਸਿੱਧ ਨਾਮ ਹੈ ਕਿ ਦਾਸੀ। ਦਾਸੀ ਨਾਮ ਬੋਲੀ ਦਾ ਹੈ, ਅਤੇ ਨੌਕਰਾਣੀ ਹੋਵੇ ਤੁਹਾਡੇ ਘਰਾਂ ਵਿੱਚ, ਜਿਵੇਂ ਕਈਆਂ ਦੇ ਹੁੰਦੀਆਂ ਅਮੀਰਾਂ ਦੇ। ਮਾਇਆ ਜਿਹੜੀ ਹੈ ਭਗਤੀ ਕਰਨ ਵਾਲਿਆਂ ਦੀ ਬੋਲੀ ਹੈ, ਦਾਸੀ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕੱਜ। ਕਰ ਕਰ ਥਾਕੇ ਵੱਡੇ ਵਡੇਰੇ, ਕਿਨੇ ਹੀ ਨਾ ਕੀਏ ਕਾਜ ਮਾਇਆ ਪੂਰੇ। ਆਪਾਂ ਇੱਥੇ ਸੁਣ ਰਹੇ ਸੀ ਕਿ ਮਾਇਆ ਨਾਲ ਸਫਤ ਵਿਆਹ ਹੋ ਜਾਂਦੇ ਹੈ ਅਤੇ ਗਰੀਬ ਛੜੇ ਮਲੰਗ ਜਾਂਦੇ ਹੈ। ਮਹਾਰਾਜ ਕਹਿ ਰਹੇ ਕਿ ਕਰ ਕਰ ਥਾਕੇ ਵੱਡੇ ਵਡੇਰੇ, ਕਿਨੇ ਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਨਾਲ ਕੰਮ ਕਦੇ ਨਹੀਂ ਪੂਰਾ ਹੁੰਦਾ, ਕੰਮ ਪੂਰਾ ਹੁੰਦਾ ਤੇ ਕੇਵਲ ਇੱਕੋ ਇੱਕ ਨਾਮ ਹੈ, ਇੱਕੋ ਇੱਕ ਅੰਮ੍ਰਿਤ ਹੈ, ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਨ ਅਤੇ ਗੁਰੂ ਕੀ ਸਾਹ ਸੰਗਤ ਦੀ ਪ੍ਰਾਪਤੀ ਦਾ ਥਾਂ ਹੈ। ਇਸ ਤੋਂ ਬਿਨਾਂ ਕੰਮ ਬਾਕੀ ਸਾਰੇ ਅਧੂਰੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਤੁਹਾਡੇ ਵਿੱਚ ਸੱਜਣ ਅਖੰਡ ਪਾਠੀ ਹਨ, ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ। ਵਿਸ਼ੇਸ਼ ਤੌਰ 'ਤੇ ਜਿਹੜੇ ਕਥਾ ਕਰਦੇ ਹੈ ਜਾਂ ਸੁਣਦੇ ਹੈ, ਸਿਧਾਂਤ ਨੂੰ ਸਮਝਦੇ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਪਤਾ ਹੋਵੇਗਾ। ਤੁਸੀਂ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਲਵੋ, ਉਸ ਦੇ ਵਿੱਚ ਕੇਵਲ ਇੱਕ ਰਾਜੇ ਨੂੰ ਥਾਂ ਮਿਲਿਆ। ਜੇ ਸਾਰੀ ਭਗਤਾਂ ਦੀ ਗਿਣਤੀ ਕਰੀਏ ਨਾ, ਉਹਨਾਂ ਵਿੱਚੋਂ ਇੱਕ ਰਾਜੇ ਨਾਮ ਵਾਲੇ ਨੂੰ ਕੇਵਲ ਥਾਂ ਮਿਲਿਆ, ਬਾਕੀ ਕਿਸੇ ਨੂੰ ਨਹੀਂ ਮਿਲਿਆ। ਅਤੇ ਰਾਜੇ ਨੂੰ ਉਸ ਨੂੰ ਥਾਂ ਮਿਲਿਆ ਜਿਸ ਰਾਜੇ ਨੇ ਮਾਇਆ ਪਰਮੇਸ਼ੁਰ ਦੀ ਸਮਝੀ ਹੈ। ਜਿਸ ਰਾਜੇ ਨੇ ਮਾਇਆ ਆਪਣੀ ਸਮਝੀ ਹੈ, ਉਹਨੂੰ ਉੱਥੇ ਥਾਂ ਨਹੀਂ ਮਿਲਿਆ। ਇਤਿਹਾਸ ਸਾਰਾ ਪੜ੍ਹ ਲਵੋ, ਗ੍ਰੰਥ ਸਾਰੇ ਪੜ੍ਹ ਲਵੋ। ਮਿਲੀ ਨਮਾਣੇ ਮਾਣ, ਜਿਹੜਾ ਨਮਾਣਾ ਨਕਾਣਾ ਅਤੇ ਰਿਜਾਣਾ ਦਬਾਇਆ ਹੋਇਆ, ਉਸ ਮਨੁੱਖ ਨੂੰ ਖਾਲਸਾ ਜੀ ਗੁਰੂ ਘਰ ਵਿੱਚ ਜਗ੍ਹਾ ਮਿਲੀ ਹੈ। ਮਾਇਆ ਧਾਰੀ
ਅਤ ਅੰਨਾ ਬੋਲਾ ਸ਼ਬਦ ਨਾ ਸੁਣਾ ਹੀ ਬਹਿ ਰੋਲ ਪਚੋਲਾ। ਨਾਮ ਸੁਣਤ ਜਨ ਵਿਸ਼ੂ ਡਸਾਨ। ਕਥਾ ਕਰ ਲਵੋ, ਕੀਰਤਨ ਸ਼ੁਰੂ ਕਰ ਦੇਵੋ। ਜਿਵੇਂ ਹੁਣੇ ਮੈਂ ਭਾਂਜਨ ਕਵਿਤਾ ਸਾਹਿਬ ਜਦ ਇਸ ਸੰਬੰਧ 'ਚ ਪੜ੍ਹੀ ਸੀ, ਇਹੋ ਜਿਹੀ ਕੋਈ ਜਸ ਵਾਲੀ ਕਵਿਤਾ ਸ਼ੁਰੂ ਕਰ ਦਿਓ, ਮਾਇਆ ਧਾਰੀ ਨੂੰ ਨੀਂਦ ਆ ਜਾਵੇਗੀ। ਪਰ ਮਹਾਰਾਜ ਕਹਿੰਦੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਟੈਲੀਵਿਜ਼ਨ ਵੇਖਣੇ ਹਨ, ਗੰਦੇ ਰੇਡੂਏ ਸੁਣਨੇ ਹਨ, ਸਿਨੇਮੇ ਦੇਖਣੇ ਹਨ, ਨੀਂਦ ਨਹੀਂ ਮਨੁੱਖ ਨੂੰ ਆਉਂਦੀ। ਪਰ ਜੇ ਕਥਾ ਕੀਰਤ ਅਤੇ ਗੁਰਮਤਿ ਦਾ ਪ੍ਰਚਾਰ ਸੁਣਨਾ ਹੋਵੇ ਤਾਂ ਗੜਾਕਾ ਰੋਗ ਚੰਬੜ ਜਾਂਦਾ। ਗੜਾਕਾ ਰੋਗ ਨਿਮਸਿੰਘ ਨੀਂਦ ਨੂੰ ਕਹਿੰਦੇ ਆ, ਉਹ ਸਵਾਰ ਹੋ ਜਾਂਦਾ। ਕਈਆਂ ਦੀਆਂ ਪੱਗਾਂ ਵੀ ਲੱਥ ਜਾਂਦੀਆਂ, ਅਸੀਂ ਬੁਰੀ ਹਾਲਤ ਕਥਾ ਵਿੱਚ ਵੇਖੀ ਦੀ ਹੈ, ਜਿਹੜੇ ਨਵੇਂ ਨਵੇਂ ਜੇ ਆਉਂਦੇ ਹੈ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਥਾਂ ਦਿੱਤਾ ਹੈ, ਸਭ ਤੋਂ ਪਹਿਲਾਂ ਸ਼੍ਰੋਮਣੀ ਪਦ ਦੀ ਮਿਲੀ ਹੈ ਅਤੇ ਜੁਲਾਹਿਆਂ ਦੇ ਘਰੇ ਜੰਮੇ ਨੂੰ ਮਿਲੀ ਹੈ, ਭਗਤ ਕਬੀਰ ਜੀ ਨੂੰ। ਜੇ ਇੱਥੇ ਥਾਂ ਮਿਲਿਆ ਤਾਂ ਜੁੱਤੀਆਂ ਗੰਢ ਕੇ ਮਸਾਂ ਮਸਾਂ ਗੁਜ਼ਾਰਾ ਕਰਕੇ ਰੋਟੀ ਖਾਣ ਵਾਲੇ ਮਨੁੱਖ ਨੂੰ, ਭਗਤ ਰਵਿਦਾਸ ਜੀ ਨੂੰ, ਇਕੱਲਾ ਥਾਂ ਹੀ ਨਹੀਂ ਮਿਲਿਆ, ਭਗਤ ਵੱਜਿਆ ਚਾਂ ਚੱਕਾਂ ਦੇ ਵਿੱਚ ਚਮਰੇਟਾ। ਭਾਵੇਂ ਉਹਨੂੰ ਚਮਰੇਟਾ ਕਹਿੰਦੇ ਸੀ, ਪਰ ਵੱਜਿਆ ਭਗਤ ਹੈ। ਤੁਸੀਂ ਸਾਰੇ ਪੜ੍ਹੇ ਹੋ, ਕੋਈ ਐੱਮ ਏ ਪੜ੍ਹਿਆ, ਕੋਈ ਹੋਰ ਡਿਗਰੀਆਂ ਦਾ ਮਾਲਕ ਹੈ, ਮੈਂ ਤਾਂ ਚਲਾਉਣ ਪੜ੍ਹਾਂ ਤੁਹਾਡੇ 'ਚ, ਮੇਰਾ ਸਰ ਜਾਵੇਗਾ ਇੰਨੇ ਨਾਲ। ਜਦੋਂ ਵੀ ਆਪਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਉੱਥੇ ਕੋਈ ਸੰਤ ਮੱਥਾ ਟੇਕਦੇ, ਕੋਈ ਢਾਡੀ ਕਵੀ, ਕੋਈ ਪੜ੍ਹਿਆ ਲਿਖਿਆ, ਉਹਨੂੰ ਭਗਤ ਰਵਿਦਾਸ ਦੇ ਚਿਮਿਆਰ ਦੇ ਪੈਰ 'ਤੇ ਮੱਥਾ ਟੇਕਣਾ ਪਵੇਗਾ। ਕਿਹੜੀ ਮਾਂ ਸੀ ਉਹਦੇ ਕੋਲ? ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸਾ ਮਨ ਹੋਏ। ਰਿੱਧੀਆਂ ਸਿੱਧੀਆਂ ਇੱਕ ਮਾਇਆ ਹੈ। ਰਿੱਧੀ ਸਿੱਧੀ ਹੁੰਦੀ ਕੀ ਹੈ, ਨਿੱਧੀਆਂ ਕੀ ਹੁੰਦੀਆਂ ਹੈ? ਰਿੱਧੀ ਉਸ ਨੂੰ ਕਹਿੰਦੇ ਹੈ ਅੰਨ ਦੀ ਅਟੁੱਟਤਾ। ਅੰਨ ਦੀ ਅਟੁੱਟਤਾ ਦਾ ਭਾਵ ਹੈ ਕਿ ਪੰਜ ਸੇਰ ਪੱਕਾ ਪਦਾਰਥ ਲੈ ਕੇ, ਚਾਹੇ ਮਠਿਆਈ ਹੋਵੇ ਚਾਹੇ ਦਾਲ ਪ੍ਰਸ਼ਾਦਾ ਹੋਵੇ, ਉਹ ਇੱਕ ਪਰਦੇ ਵਿੱਚ ਜਿਵੇਂ ਕਨਾਤਾਂ ਤੁਸੀਂ ਲਾਈਆਂ, ਇਹਦੇ ਵਿੱਚ ਉਹਨੂੰ ਰੱਖ ਲੈਣਾ, ਅਤੇ ਜਿਸ ਨੂੰ ਇਹ ਪ੍ਰਾਪਤ ਹੋਈਆਂ ਹੋਣ ਗੁਰਬਾਣੀ ਪੜ੍ਹ ਕੇ ਭਗਤੀ ਦੁਆਰਾ, ਉਹ ਭੰਡਾਰਾ ਵਰਤਾਉਣ ਲੱਗ ਪਵੇ। ਅੱਠ ਦਿਨ ਜਿਤਨੀ ਮਰਜ਼ੀ ਸੰਗਤ ਆ ਜਾਵੇ, ਭਾਵੇਂ ਲੱਖਾਂ ਬੰਦਾ ਛੱਕ ਜਾਣ, ਉਹ ਪੰਜ ਸੇ ਪਦਾਰਥ ਮੁੱਕਦਾ ਨਹੀਂ। ਉਹਨੂੰ ਰਿੱਧੀ ਕਹਿੰਦੇ ਹੈ। ਸਿੱਧੀ ਕੀ ਹੁੰਦੀ ਹੈ? 18 ਸਿੱਧੀਆਂ ਮੰਨੀਆਂ। ਸਿੱਧੀ ਹੁੰਦੀ 5 ਪੈਸੇ ਆਪਣੇ ਖੀਸੇ 'ਚ ਪਾ ਲੈਣੇ, ਅਤੇ 8 ਦਿਨ ਭਾਵੇਂ ਗੱਡੀਆਂ ਭਰ ਕੇ ਤੋਰ ਦੇਵੇ ਉਹ, ਅਤੇ ਖੀਸੇ 'ਚੋਂ 5 ਪੈਸੇ ਨਹੀਂ ਮੁੱਕਦੇ, ਹੱਥ 'ਚ ਉਹਦੇ ਨਾਲ ਆਈ ਜਾਊਗੀ। ਉਹਨੂੰ ਸਿੱਧੀ ਕਹਿੰਦੇ ਹੈ। ਨਿੱਧੀ ਕੀ ਹੁੰਦੀ ਹੈ? ਜਿਵੇਂ ਆਪਾਂ ਇੱਥੇ ਬੈਠੇ ਹਾਂ, ਜਿਸ ਨੂੰ ਆਪਣੇ ਵਿੱਚੋਂ ਨਿੱਧੀ ਪ੍ਰਾਪਤ ਹੈ, ਉਹ ਤੁਹਾਡੇ ਸਾਰਿਆਂ ਦੇ ਮਨ ਦੇ ਸੰਕਲਪ ਨੂੰ ਸਮਝ ਲਵੇਗਾ ਵੀ ਕੀ ਕਿਹੜਾ ਹੁਣ ਸੌਣ ਨੂੰ ਕਹਿੰਦਾ, ਕਿਹੜਾ ਗਾਲਾਂ ਕੱਢਦਾ ਦਿਲ 'ਚ, ਕਿਹੜਾ ਕਹਿੰਦਾ ਸਾਧ ਮਗਰੋਂ ਉੱਥੇ ਖਹਿੜਾ ਛੁੱਟੇ, ਕਿਹੜਾ ਕਹਿੰਦਾ ਕੁਝ ਹੋਰ ਸੁਣਾਵੇ। ਇੱਕ ਰੱਤੀ ਰੱਤੀ ਦਾ ਨਾਲ ਨਾਲ ਜਿਵੇਂ ਉਹ ਕੀ ਉਹਨੂੰ ਕਹਿੰਦੇ ਅਤੇ ਟੈਲੀਵਿਜ਼ਨ, ਜਿਵੇਂ ਉਹਦੇ 'ਚ ਫੋਟੋਆਂ ਵਹਿੰਦੇ ਹਾਂ, ਇਸ ਤਰ੍ਹਾਂ ਉਹਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ। ਇੱਥੇ ਬੈਠਿਆਂ ਕਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ, ਯੂਰਪ, ਜਿੱਥੋਂ ਮਰਜ਼ੀ ਉਹ ਸਮਝਣਾ ਚਾਹੇ ਉਹ ਸਮਝ ਲੈਂਦਾ। ਪਰ ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੈ, ਉਹ ਇਹਨਾਂ ਵਿੱਚ ਖਾਲਸਾ ਜੀ ਨਹੀਂ ਫਸਦੇ, ਇਹਨਾਂ ਵਿੱਚ ਵੀ ਦੁਨਿਆਵੀ ਲੋਕ ਹੀ ਫਸਦੇ ਹੈ। ਦੁਨਿਆਵੀ ਉਹ ਹੈ
ਜਿਹੜੇ ਰਿੱਧੀਆਂ ਸਿੱਧੀਆਂ ਨੂੰ ਸਾਰੀ ਸਹੀ ਮੰਨ ਕੇ ਅਤੇ ਮਾਇਆ ਦੇ ਮੋਹ ਵਿੱਚ ਫਸ ਜਾਣ, ਉਹ ਇਸ ਰਸਤੇ 'ਚ ਖੜੋ ਜਾਂਦੇ ਹੈ। ਕਿਉਂਕਿ ਸਤਿਗੁਰੂ ਦਾ ਫਰਮਾਨ ਹੈ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਜਿਹੜੇ ਖੁਦਾ ਪਰਮੇਸ਼ੁਰ ਦੇ ਨੇੜੇ ਹੈ ਉਹ ਭੇਤ ਨਹੀਂ ਦਿੰਦੇ, ਭੁੱਖੇ ਨੰਗੇ ਵੀ ਕੱਟਦੇ ਦਿਨ, ਗਰੀਬੀ ਦੇ ਦਿਨ ਵੀ ਵੇਖਦੇ ਹੈ, ਸੀਸ ਕਟਵਾ ਲੈਂਦੇ ਹੈ, ਪਰ ਨਾਟਕ ਚੇਤਕ ਕੀ ਇੱਕ ਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ। ਨਾਟਕਾਂ ਚੇਤਕਾਂ ਦਾ ਕੰਮ ਸਮਝਦੇ ਹੈ, ਰਿੱਧ ਸਿੱਧ ਜਾਤ ਫੁਰੀ ਤਵ ਕਾਉਂ ਸਿਉਂਕਿਆ ਕਾਜ, ਤੇਰੇ ਕਹਿਣੇ ਕੀ ਗੱਤ ਕਿਆ ਕਹੋ ਮੈਂ ਬੋਲਤ ਹੀ ਬਦ ਲਾਜ। ਭਗਤ ਜੀ ਕਹਿੰਦੇ ਜੀ ਸਾਨੂੰ ਰਿੱਧੀ ਸਿੱਧੀ ਰੱਬ ਤੋਂ ਲੈ ਵੀ ਦਿੱਤੀ ਪਰਮੇਸ਼ੁਰ, ਅਸੀਂ ਕਿਹਨੂੰ ਵਿਖਾਈਏ, ਸਾਨੂੰ ਤਾਂ ਸ਼ਰਮ ਆਈ ਜਾਂਦੀ ਹੈ। ਪਰ ਜਿਹੜੇ ਦੁਨਿਆਵੀ ਲੋਕ ਹੈ ਜਾਂ ਚੇਲੇ ਮੁੰਨਣ ਵਾਲੇ ਸਾਧ ਹੈ, ਪਹਿਲੀ ਤਾਂ ਗੱਲ ਉਹਨਾਂ ਨੂੰ ਮਿਲਦੀ ਨਹੀਂ, ਪਖੰਡ ਬਹੁਤਾ ਹੁੰਦਾ, ਆਖਣ ਭੀਤਰ ਤੇਲ ਕੋ ਡਾਰਤ, ਅੱਖਾਂ 'ਚ ਤੇਲ ਪਾ ਕੇ ਅਤੇ ਲੋਕਾਂ ਨੂੰ ਆਪਣੇ ਅੱਖਾਂ 'ਚ ਨੀਰ ਪਾਣੀ ਵਗਾ ਵਗਾ ਕੇ ਵਿਖਾਉਂਦੇ, ਸਾਧ ਬੜਾ ਵੈਰਾਗੀ ਹੈ। ਪਰ ਉਹਨਾਂ ਵੈਰਾਗੀਆਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ, ਨਾਰ ਮੂਈ ਘਰ ਸੰਪਤ ਨਾਸੀ, ਮੂੜ ਮਨਾਏ ਭਇਓ ਸੰਨਿਆਸੀ। ਘਰਵਾਲੀ ਮਰ ਜਾਂਦੀ ਹੈ, ਮਾਇਆ ਖਤਮ ਹੋ ਜਾਂਦੀ ਹੈ, ਪਰ ਬਿਮਾਰੀਆਂ 'ਤੇ ਲੱਗ ਜਾਂਦੀ ਹੈ, ਮਗਰ ਮੂੰਹ ਸਿਰ ਮੁਹੰਮਦ ਦੇ ਪੌਲੇ ਵਰਗਾ ਬਣਾ ਕੇ ਕਹਿੰਦੇ ਹਨ ਤਾਂ ਸੰਨਿਆਸੀ ਹੋਤੇ ਹੈ। ਉਹਨਾਂ ਪਖੰਡੀਆਂ ਦਾ ਖੰਡਨ ਕੀਤਾ ਗੁਰੂ ਜੀ ਨੇ। ਗਰੀਬ ਕੌਣ ਹੈ ਭਗਤੀ 'ਚ ਤੋਂ ਪੁੱਛਿਆ ਸੀ, ਭਗਤ ਜੀ ਕਹਿੰਦੇ ਨੇ ਕਹੋ ਕਬੀਰ, ਨਿਰਧਨ ਹੈ ਸੋਈ, ਜਾਤ ਹੈ ਹਿਰਦਾ ਨਾਮ ਨਾ ਹੋਈ। ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ੁਰ ਦਾ ਨਾਮ ਨਹੀਂ ਵਸਿਆ, ਖਾਲਸਾ ਜੀ ਸਭ ਤੋਂ ਗਰੀਬ ਉਹ ਹੈ। ਤੁਸੀਂ ਸਾਰੇ ਪੜ੍ਹੇ ਹੋ, ਜਿਨ੍ਹਾਂ ਨੇ ਕਥਾ ਸੁਣੀ ਹੈ ਜਾਂ ਸੰਤਾਂ ਦੀ ਸੰਗਤ ਕੀਤੀ ਹੋਵੇ, ਕਿ ਵੱਡਿਆਂ ਦਾ ਉਹਨਾਂ ਨੂੰ ਤਾਂ ਪਤਾ ਹੋਵੇਗਾ, ਬਾਕੀ ਭਾਵੇਂ ਤੁਸੀਂ ਕਿਤਨੀਆਂ ਡਿਗਰੀਆਂ ਦੇ ਮਾਲਕ ਹੋ, ਮੈਂ ਤਾਂ ਦੱਸ ਨਹੀਂ ਸਕੋਗੇ। ਇੱਕ ਅੱਧਾ ਭਾਵੇਂ ਕੋਈ ਭਾਗਾਂ ਵਾਲਾ ਜਿਹੜਾ ਪ੍ਰਸ਼ਨ ਦਾ ਉੱਤਰ ਦੇਵੇ। ਜਿਤਨੇ ਬੈਠੇ ਹੋ ਕਿ ਤੁਹਾਨੂੰ ਇਹ ਪਤਾ ਹੈ ਕਿ ਕਬੀਰ ਜੀ ਵੇਲੇ ਰਾਜਾ ਕੌਣ ਸੀ, ਸੌ ਸੌ ਵੇਰਾ ਸੋਚੋਗੇ। ਦਸਵੇਂ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੈ ਅਨੰਦਪੁਰ ਸਾਹਿਬ ਵਿੱਚ। ਤਾਂ ਸਤਿਗੁਰੂ ਗਰੀਬ ਨਿਵਾਜ ਨੇ ਪੁੱਛਿਆ ਕਿ ਗੁਰਮੁਖੋ ਦੱਸੋ ਕਬੀਰ ਜੀ ਵੇਲੇ ਰਾਜਾ ਕੌਣ ਸੀ। ਕੋਈ ਬਾਬਰ ਨੂੰ ਕਹੀ ਜਾਂਦਾ ਸੀ, ਕੋਈ ਹੋਰ ਕਿਸੇ ਦਾ ਨਾਮ ਲਈ ਜਾਵੇ, ਭਾਵੇਂ ਸਿਕੰਦਰ ਲੋਧੀ ਹੋਇਆ ਉਸ ਵੇਲੇ, ਪਰ ਕਿਸੇ ਨੇ ਨਹੀਂ ਦੱਸਿਆ ਵੀ ਸਹੀ ਕੌਣ ਸੀ। ਮਹਾਰਾਜ ਕਹਿੰਦੇ ਭਾਈ ਕਬੀਰ ਜੀ ਕੌਣ ਸੀ, ਕਹਿੰਦੇ ਵੀ ਜੁਲਾਹੇ ਦਾ ਮੁੰਡਾ ਸੀ। ਸਤਿਗੁਰੂ ਜੀ ਨੇ ਪੁੱਛਿਆ ਭਾਈ ਕੀ ਕਾਰਨ ਹੈ, ਉਹ ਖੱਡੀ ਆਉਣ ਕੇ ਖੱਡੀ ਬੁਣ ਕੇ ਕੱਪੜਾ ਤਿਆਰ ਕਰਕੇ ਰੋਟੀ ਖਾਣ ਵਾਲੇ ਜੁਲਾਹੇ ਨੂੰ ਤੁਸੀਂ ਸਾਰੇ ਜਾਣਦੇ ਹੈ, ਜਿਹੜਾ ਤਖ਼ਤ ਦਾ ਮਾਲਕ ਬਣ ਕੇ ਸਿਰ 'ਤੇ ਛਤਰ ਚਲਾਉਂਦਾ ਸੀ, ਉਹਨੂੰ ਕਿਉਂ ਨਹੀਂ ਜਾਣਦੇ। ਉਹਦਾ ਕਾਰਨ ਹੈ ਕਿ ਉਹਨੇ ਗੁਰਬਾਣੀ ਨਹੀਂ ਸੀ ਪੜ੍ਹੀ, ਕਬੀਰ ਜੀ ਗੁਰਬਾਣੀ 'ਚ ਰਚੇ ਹੋਏ ਸੀ, ਮਿਲੇ ਹੋਏ ਸੀ। ਗੁਰਬਾਣੀ ਸਭ ਤੋਂ ਸ਼੍ਰੋਮਣੀ ਹੈ, ਅਤੇ 18, 20, 22 ਜਮਾਤਾਂ ਪੜ੍ਹ ਕੇ ਮਸਾਂ ਮਸਾਂ 3,000 ਰੁਪਏ ਤੱਕ ਪਹੁੰਚੋਗੇ ਜਾਂ ਪਹੁੰਚਦੇ ਹਾਂ, ਅਤੇ 18 ਸਾਲਾਂ 'ਚ ਜਿਹੜਾ ਦੁੱਧ ਚਲਾਉਂਦਾ ਮਾਪੇ ਤੁਹਾਨੂੰ ਦਿੰਦੇ ਰਹਿੰਦੇ ਵੀ ਮੁੰਡਾ ਪੜ੍ਹੂਗਾ, ਫਿਰ ਕੰਨ ਪਾਟੀ ਆ ਗਈ, ਸ਼ਾਦੀ ਹੋ ਗਈ, ਮੁੜ ਕੇ ਕਹਿੰਦਾ ਮੈਂ ਜਵਾਕ ਨੂੰ ਪਾਲਿਆ ਕਿ ਮਾਂ ਪਿਓ ਨੂੰ ਪਾਲਾ, ਫਿਰ ਉੱਧਰ ਹੋ ਗਿਆ। ਜਿਹੜੇ ਮਾਂ ਪਿਓ ਨੇ ਜੰਮਿਆ ਪਾਲਿਆ ਜਵਾਨ ਕੀਤਾ ਪੜ੍ਹਾਇਆ, ਉਹ ਫਿਰ ਧੱਕੇ ਖਾਂਦੇ ਹੈ, ਅਤੇ ਘਰ ਦਾ ਜਿਹੜਾ ਖੰਡ ਕਿਹਾ ਸੀ ਮੁੰਡੇ ਨੇ ਖਾ ਲਿਆ, ਕਹਿੰਦੇ ਦਿਮਾਗ ਚੰਗਾ ਰੂ, ਪਿੱਛੋਂ ਦਿਮਾਗ ਵਿਗੜ ਗਿਆ, ਅਤੇ ਰੁਪਈਆ ਮਸਾਂ 3,000।
ਤੇ ਜੇ 18 ਸਾਲ ਬੰਦਗੀ ਕੀਤੀ ਹੋਵੇ ਤੇ ਸਿੱਖੀ ਤੇ ਸ਼ਹੀਦੀ ਕਮਾਈ ਹੋਵੇ ਤੇ ਇੱਕ ਸੈਕਿੰਟ ਦੇ ਵਿੱਚ ਵੀ 3000 ਤੱਕ ਲੱਖਾਂ ਆ ਜਾਂਦਾ, ਉਹ ਰਸਤਾ ਚੰਗਾ ਕਿਹਾ ਚੰਗਾ? ਤੁਹਾਡੇ ਪ੍ਰਸ਼ਨ ਆ ਕਈ ਪੜ੍ਹਿਆ ਲਿਖਿਆ ਦੇ, ਸੰਤ ਜੀ ਇੰਨੇ ਲੋਕ ਕਮਾਈ ਕਰਦੇ ਆ, ਖਾਦਾਂ ਪਾਉਂਦੇ ਆ, ਪਾਣੀ ਲਾਉਂਦੇ ਆ, ਦਿਨੇ ਰਾਤ ਤੁਰੇ ਫਿਰਦੇ ਆ, ਅਤੇ ਫਿਰ ਵੀ ਦੇਸ਼ ਭੁੱਖਾ ਮਰਦਾ, ਅਤੇ ਜੇ ਤੁਹਾਡੇ ਵਰਗੇ ਵਿਗੜੇ ਸਾਰਿਆਂ ਦੇ ਆਖੇ ਅਸੀਂ ਲੱਗ ਜਾਈਏ ਤਾਂ ਸਾਰੇ ਵਿਹਲੇ ਬੈਠੇ ਜਿਹਦੇ ਭਲ ਰੱਬ ਰੋਟੀ ਦੇ ਦੂੰ, ਅਤੇ ਤੁਹਾਨੂੰ ਭੁਲੇਖੇ ਕਰਕੇ ਚਿੰਤਾ ਹੈ, ਅਗਿਆਨਤਾ ਵਿੱਚ ਹੋ, ਪੰਛੀ ਉਡਾਰੀਆਂ ਲਾਉਂਦੇ ਤੁਸੀਂ ਆਕਾਸ਼ ਵਿੱਚ ਵੇਖਦੇ ਹੋ ਹਮੇਸ਼ਾ, ਪਰ ਕਿਸੇ ਥਾਂ 'ਤੇ ਪੰਛੀਆਂ ਦੀ ਫੈਕਟਰੀ ਖੁੱਲ੍ਹੀ ਵੇਖੀ ਹੈ? ਕਿਹੜੀ ਦੁਕਾਨ ਤੋਂ ਸੌਦਾ ਲਿਆਉਂਦੇ ਪੰਛੀ? ਇੱਕ ਡੰਗਰ ਨੂੰ ਆਪਾਂ ਜੋੜਦੇ ਹਾਂ, ਡੰਡਿਆਂ ਨਾਲ ਕੁੱਟਦੇ ਹਾਂ ਅਤੇ ਸੁੱਕੀ ਤੂੜੀ ਪਾ ਦਿੰਦੇ ਹਾਂ, ਇੱਕ ਰਿਹਾ ਪਸ਼ੂ ਫਿਰਦਾ ਖੁੱਲ੍ਹੀਆਂ ਚੜ੍ਹਦਾ ਨਾਲ ਮੋਟਾ ਮੋਟਾ ਹੁੰਦਾ। ਕੋਈ ਤੁਹਾਡਾ ਐਸਾ ਪ੍ਰਸ਼ਨ ਨਹੀਂ, ਜੋ ਮਰਜ਼ੀ ਪ੍ਰਸ਼ਨ ਕਰੋ ਉਹਦਾ ਉੱਤਰ ਗੁਰਬਾਣੀ ਦੇਵੇਗੀ। ਮੈਂ ਤਾਂ ਦੇਣ ਜੋਗਾ ਨਹੀਂ ਪੜ੍ਹਾ, ਜੋ ਗੱਲ ਕਰੋਗੇ ਗੁਰਬਾਣੀ ਵਿੱਚ ਉਹਦਾ ਉੱਤਰ ਹੋਵੇਗਾ। ਜਿਸ ਤਰ੍ਹਾਂ ਹੁਣ ਆਪਾਂ ਬੈਠੇ ਹਾਂ, ਇਹ ਤੱਤ ਕੁਝ ਹੋਰ ਹੈ। ਸਤਿਗੁਰੂ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ, ਸਤਸੰਗਤ ਰੂਪ ਵਿੱਚ ਬੈਠੇ ਸੀ, ਗੁਰੂ ਸਾਹਿਬ ਦੇ ਪਾਸ ਬੇਨਤੀ ਕੀਤੀ, ਮਹਾਰਾਜ ਆਪ ਜੀ ਨਿੱਤ ਕਹਿੰਦੇ ਹੋ ਕਥਾ ਸੁਣੋ, ਕੀਰਤਨ ਸੁਣੋ, ਗੁਰਬਾਣੀ ਪੜ੍ਹੋ, ਭਜਨ ਕਰੋ, ਲਵਲੀਨ ਹੋਵੋ ਸਿਮਰਨ ਭਜਨ ਵਿੱਚ, ਜੇ ਭਲਾ ਸਾਰੀ ਜਨਤਾ ਹੀ ਭਜਨ ਕਰਨ ਲੱਗ ਪਵੇ ਰੋਟੀ ਸਾਰਿਆਂ ਨੂੰ ਮਿਲ ਜਾਵੇਗੀ। ਮਹਾਰਾਜ ਹੱਸ ਪਏ, ਕਹਿੰਦੇ ਗੁਰਮੁਖਾ ਤੈਨੂੰ ਕੀ ਚਿੰਤਾ ਪੈ ਗਈ? ਧੁਰ ਕੀ ਬਾਣੀ 'ਚ ਲਿਖਿਆ ਹੋਇਆ, ਤੂੰ ਕਾਹੇ ਡੋਲਾ ਪ੍ਰਾਣੀਆਂ, ਤੂੰ ਦਰਾਖਾ ਗਾ ਸਿਰਜਣ ਹਾਰ, ਜਿਨ ਪਦਾਰਥ ਤੂੰ ਕੀਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਕਹਿੰਦੇ ਜੀ ਸਾਨੂੰ ਤਾਂ ਤਸੱਲੀ ਨਹੀਂ ਹੋਈ, ਇਹਦਾ ਕੋਈ ਕਹਿ ਦਿੱਤਾ ਵੀ ਉਹ ਦੇਵੇਗਾ ਕਿ ਦੱਸੋ ਨਾ ਦੇਵੇਗਾ ਕੀ? ਦੁੱਧ ਚਾਹੀਦਾ, ਰੋਟੀ ਚਾਹੀਦੀ ਹੈ, ਘਿਓ ਚਾਹੀਦਾ, ਸ਼ੱਕਰ ਚਾਹੀਦੀ ਹੈ। ਮਹਾਰਾਜ ਕਹਿੰਦੇ ਪਰਮੇਸ਼ੁਰ ਪ੍ਰਬੰਧ ਭਾਈ ਉਹੋ ਜਿਹਾ ਕਰ ਦੇਵੇਗਾ, ਐਜੀਟੇਸ਼ਨ ਚਲਾਉਣ ਦੀ ਲੋੜ ਨਹੀਂ ਪਵੇਗੀ। ਜਿਵੇਂ 5 ਪੈਸੇ ਲੀਟਰ ਦੁੱਧ ਵਧਾਉਣ ਵਾਸਤੇ ਮੁੰਡਾ ਅੰਦੋਲਨ 'ਚ ਗਿਆ ਸੀ, ਹੁਣ ਤੱਕ ਫਿਰੋਜ਼ਪੁਰ ਜੇਲ੍ਹ ਭੁਗਤੀ ਜਾਂਦਾ, ਇਸ ਤਰ੍ਹਾਂ ਨਹੀਂ ਭੁਗਤਣੀ ਪਵੇਗੀ। ਸਤਿਗੁਰੂ ਜੀ ਪ੍ਰਬੰਧ ਕੀ ਹੋਵੇਗਾ? ਮਹਾਰਾਜ ਨੇ ਉੱਤਰ ਦਿੱਤਾ, ਨਦੀਆਂ ਹੋਵਾ ਧੇਣਵਾਂ, ਜਿਹੜੀਆਂ ਨਦੀਆਂ ਪਾਣੀ ਦੀਆਂ ਵਗਦੀਆਂ ਧੇਣਵਾਂ, ਕਾਮ ਧੇਨਾ ਗਊਆਂ ਬਣ ਜਾਣੀਆਂ, ਭਾਵ ਦੁੱਧ ਦੀਆਂ ਵਗਣ ਲੱਗ ਪੈਣਗੀਆਂ। ਇੱਕ ਤੱਤਾ ਤੁੱਤਾ ਗਰਮ ਜਿਹਾ ਵਿੱਚ ਉੱਠ ਖੜੋਤਾ ਛੇਤੀ ਨਾਲ ਹੀ, ਕਹਿੰਦਾ ਜੀ ਮੇਰੀ ਵੀ ਇੱਕ ਬੇਨਤੀ ਸੁਣ ਲਓ। ਮਹਾਰਾਜ ਕਹਿੰਦੇ ਤੂੰ ਵੀ ਸੁਣਾ ਲੈ। ਸਤਿਗੁਰ ਜੀ ਇਹ ਤਾਂ ਠੀਕ ਹੈ, ਦੁੱਧ ਦੀਆਂ ਤਾਂ ਵਗ ਪੈਣਗੀਆਂ, ਅਤੇ ਪ੍ਰਸ਼ਾਦਾ ਸੁੱਕਾ ਲੰਘਦਾ ਨਹੀਂ, ਪੰਜਵਾਂ ਵੀ ਚਾਹੀਦਾ, ਘਿਓ ਚਾਹੀਦਾ। ਅੱਜ ਮੈਂ ਉੱਥੇ ਪੰਜਵਾਂ ਕਹਿ ਬੈਠਾ, ਮੂੰਹ ਵਾਲ ਝਾਕੀਆਂ ਨੇ, ਪੰਜਵਾਂ ਕਿਹਨੂੰ ਕਹਿੰਦਾ? ਪੰਜਵਾਂ ਘਿਓ ਨੂੰ ਚਾਹੀਦਾ, ਜੇ 95 ਬਿਨਾਂ ਨਹੀਂ ਸਰਦਾ। ਮਹਾਰਾਜ ਕਹਿੰਦੇ ਨਦੀਆਂ ਹੋਵਾ ਧੇਣਵਾਂ, ਸੁੰਮ ਹੋਵਾ ਦੁੱਧ ਘਿਓ। ਸੁੰਮ ਨਾਮ ਸਮੁੰਦਰ ਦਾ, ਸਮੁੰਦਰ ਦੁੱਧ ਅਤੇ ਘਿਓ ਦਾ ਪਰਮੇਸ਼ੁਰ ਬਣਾ ਦੇਵੇਗਾ। ਇੱਕ ਤੀਜਾ ਹੋਰ ਕਾਹਲਾ ਵਿੱਚ ਬੈਠਾ ਸੀ ਛੇਤੀ ਵਾਲਾ, ਕਹਿੰਦਾ ਜੀ ਮੇਰੀ ਵੀ ਬੇਨਤੀ ਸੁਣ ਲਓ। ਮਹਾਰਾਜ ਕਹਿੰਦੇ ਤੂੰ ਵੀ ਸੁਣਾ ਲਓ। ਕਹਿੰਦਾ ਜਿਹੜਾ ਘਿਓ ਹੈ ਇਹ ਬਤਬਕਾ ਜਿਹਾ ਹੁੰਦਾ ਹੁੰਦਾ, ਭਾਵੇਂ ਤਾਕਤ ਵਾਲਾ, ਮਿੱਠੇ ਦੇ ਨਾਲ ਲੰਘਦੇ ਨੂੰ ਮਿੱਠਾ ਚਾਹੀਦਾ। ਮਹਾਰਾਜ ਕਹਿੰਦੇ ਸਗਲੀ ਧਰਤੀ ਸੱਕਰ ਹੋਵੇ, ਹੁਣ ਤਾਂ ਪੱਥਰ ਦੀ ਹੈ ਨਾ। ਮਹਾਰਾਜ ਕਹਿੰਦੇ ਸਾਰੀ ਧਰਤੀ ਸੱਕਰ ਦੀ, ਮਿਸ਼ਰੀ ਦੀ, ਖੰਡ ਦੀ ਬਣ ਜਾਵੇਗੀ, ਅਤੇ ਖੁਸ਼ੀ ਕਰੇ ਨਿੱਤ ਜੀਓ। ਨਾ ਘਰ ਵਾਲੀ ਕੁੱਟਣੀ ਪਵੇ, ਨਾ ਸਟੋਕ ਲਿਆਉਣਾ ਪਵੇ, ਨਾ ਤੇਲ ਦਾ ਸਿਆਪਾ ਗਲ ਪਵੇ, ਬੈਠਾ ਜਿੰਨਾ ਮਰਜ਼ੀ ਰਲਾ ਕੇ ਖਾ ਲਿਆ ਕਰੋ। ਹੁਣ 5 ਦਿਨ ਦਾ ਕੈਂਪ ਆ, ਅਤੇ 5 ਦਿਨਾਂ ਵਿੱਚ ਹੀ ਕੁਸਰ ਕੁਸਰ ਕਰਦੇ ਬੈਠ ਕੇ ਕਨਾਤਾਂ ਦੇ ਵੱਲੇ, ਵੀ ਕਦੋਂ ਖੇੜਾ ਛੁੱਟੂਗਾ, ਕਦੋਂ ਜਿੰਦ ਛੁੱਟੂ, ਘਰ ਨੂੰ ਚੱਲ ਗਏ।
ਤੇ ਭਾਲਦੇ ਹਾਂ ਆਪਾਂ ਜਿਵੇਂ ਗੁਰਬਾਣੀ 'ਚ ਲਿਖਿਆ ਭਾਲੇ ਦਾਤ ਬਜੌੜੀਆਂ ਚੱਕਰ ਬੀਜਿਆ ਜੱਟ ਹੰਢਾ ਉਨ ਕਤਾ ਦਾ ਪਹਿਦਾ ਲੋੜ ਆ ਪੱਟ ਭਾਲਾ ਦਾਤ ਬਜੌੜੀਆਂ ਬਜੌੜ ਦੇਸ਼ ਦੀਆਂ ਦਾਖਾਂ ਭਾਲਦਾ ਮਨੁੱਖ ਤੇ ਬੀਜਾ ਕਿੱਕਰ ਬੀਜਾ ਜੱਟ ਜੱਟ ਬੀਜਦਾ ਕਿੱਕਰਾਂ ਦਾ ਬੀਜ ਹੈ ਪਹਿਦਾ ਸੋ ਭਾਲੇ ਦਾਤ ਬਜੌੜੀਆਂ ਕਿੱਕਰ ਬੀਜਿਆ ਜੱਟ ਹੰਢਾ ਉਨ ਕਤਾਏ ਦਾ ਸਮਾਂ ਲੰਘਾਇਆ ਜਾਂਦਾ ਉਨ ਕੱਤ ਦਾ ਤੇ ਪਹਿਦਾ ਲੋੜ ਆ ਪੱਟ ਭਾਲਦਾ ਪਟੰਬਰ ਦੇ ਪਸ਼ਮੀਨੇ ਦੇ ਵਸਤਰ ਹੈ ਇਸੇ ਤਰ੍ਹਾਂ ਭਾਲਾ ਦਾਤ ਬਜੌੜੀਆਂ ਬਜੌੜ ਦੇਸ਼ ਕਿਹੜਾ ਹੈ ਬੈਕੁੰਠ ਬੈਕੁੰਠ ਰੂਪੀ ਬਜੌੜ ਦੇਸ਼ ਦੀਆਂ ਮੁਕਤੀਆਂ ਰੂਪੀ ਦਾਖਾਂ ਭਾਲਦਾ ਹੈ ਪਰ ਜੀਵ ਰੂਪ ਜੱਟ ਬੀਜ ਦਾ ਪਾਪਾਂ ਰੂਪੀ ਕਿੱਕਰਾਂ ਦੇ ਬੀਜ ਉਹ ਮੁਕਤੀਆਂ ਕਿੱਥੋਂ ਮਿਲਣਗੀਆਂ ਅਤੇ ਹੰਢਾ ਉਨ ਕਤਾਏ ਦਾ ਹੰਢਾ ਸਮਾਂ ਲੰਘਾਇਆ ਜਾਂਦਾ ਸਕਾਮ ਕਰਨ ਰੂਪੀ ਉਨ ਕੱਤਣ ਕੀ ਅਤੇ ਬ੍ਰਹਮ ਗਿਆਨ ਰੂਪੀ ਇਹ ਕੱਪੜਾ ਭਾਲਦਾ ਜਾਂ ਪ੍ਰੇਮ ਰੂਪੀ ਕਿੱਥੋਂ ਪਸ਼ਮੀਨੇ ਦਾ ਪਤੰਬਰ ਇਹਨੂੰ ਮਿਲ ਜਾਵੇਗਾ ਨਹੀਂ ਮਿਲੇਗਾ ਸਮਾਂ ਤਾਂ ਆਪਣਾ ਹੁੰਦਾ ਟੈਲੀਵਿਜ਼ਨ ਵੱਲ ਰੇਡੀਓ ਵੱਲ ਗੰਦੇ ਗਾਣਿਆਂ ਵੱਲ ਅਤੇ ਕਹਿੰਦੇ ਜੀ ਮਨ ਨਹੀਂ ਸਾਡਾ ਟਿਕਿਆ ਉਦਾਸ ਦਾ ਇੱਕ ਭਾਈ ਸੀ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਉਹ ਮਾਸਟਰ ਹੈ ਸੁਭਾਅ ਖੁੱਲ੍ਹਾ ਜਿਹਾ ਸੀ ਜਰਾ ਉਸ ਤਰ੍ਹਾਂ ਖੁੱਲ੍ਹਾ ਨਹੀਂ ਸੀ ਗੱਲ ਕਰਨ ਵਿੱਚ ਸੀ ਉਹ ਇੱਕ ਦਿਨ ਪੁੱਛਣ ਲੱਗਾ ਕਿ ਭਾਈ ਜਰਨੈਲ ਸਿੰਘ ਜਪਜੀ ਸਾਹਿਬ ਦੇ ਪਾਠ ਦੀ ਮਹੱਤਤਾ ਕੀ ਹੈ ਮੈਂ ਮਹੱਤਤਾ ਇਹ ਹੈ ਵੀ ਗੁਰੂ ਸਾਹਿਬ ਜੇ ਖੁਸ਼ ਹੋ ਜਾਣ ਤਾਂ ਜਪਜੀ ਸਾਹਿਬ ਦਾ ਪਾਠ ਸੁਣ ਕੇ ਗੁਰਤਾ ਗੱਦੀ ਦੇ ਦਿੰਦੇ ਆ ਕਹਿਣ ਲੱਗਾ ਹੋਰ ਵੀ ਕੁਝ ਮਿਲੂ ਗੁਰਤਾ ਗੱਦੀ ਤੋਂ ਪਰੇ ਕੁਝ ਹੈ ਹੀ ਨਹੀਂ ਪਰੇ ਨਰਕ ਉਹ ਲੈਣਾ ਤੇ ਵੇਖ ਲੈ ਕਹਿਣ ਲੱਗਾ ਵੀ ਦੁਨਿਆਵੀ ਨਾ ਦੁਨਿਆਵੀ ਆਸਾ ਪੂਰੀ ਹੋ ਜਾਂਦੀ ਹੈ ਕਹਿੰਦਾ ਚੰਗਾ ਚਲਿਆ ਗਿਆ ਤੜਕੇ ਉੱਠ ਕੇ ਇਸ਼ਨਾਨ ਕੀਤਾ ਅਤੇ ਇੱਕ ਵਾਰ ਜਪਜੀ ਸਾਹਿਬ ਦਾ ਕਰਕੇ ਆਇਆ ਕਹਿੰਦਾ ਮਿਲਿਆ ਤਾਂ ਕੁਝ ਹੈ ਨਹੀਂ ਅਤੇ ਮੈਂ ਜਪਜੀ ਸਾਹਿਬ ਦਾ ਪਾਠ ਕਰਨ ਲੱਗਾ ਇੱਛਾ ਕਿੰਨੀਆਂ ਸੀ ਇੱਕ ਤਾਂ ਤੇਰੀ ਪਹਿਲਾਂ ਇੱਛਾ ਸੀ ਮੇਰੇ ਮੁੰਡਾ ਹੋ ਜੇ ਫਿਰ ਤੈਨੂੰ ਇੱਛਾ ਸੀ ਮੇਰੀ ਤਨਖਾਹ ਵੱਧ ਜੇ ਫਿਰ ਇੱਛਾ ਸੀ 4 ਕਿੱਲੇ ਪੈਲੀ ਦੇ ਬਣ ਜਾਣ ਅਤੇ ਪਾਠ ਜਪਜੀ ਸਾਹਿਬ ਦਾ ਇੱਕ ਉਹੀ ਗੱਲ ਆ ਨਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਮੁੰਡਿਆ ਲਿਆਈ ਤਿਲ ਸੁਣ ਹਾਂਜੀ ਮੇਰੇ ਭਾਵ ਨੇ ਲਿਆਈ ਦੇਖੋ ਅਤੇ ਇਹ ਪਾਠ ਰੋਟੀ ਦਾ ਖਾਣ ਵਾਲ ਲੱਗੀ ਹੋਈ ਹੈ ਇਸ ਤਰ੍ਹਾਂ ਨਹੀਂ ਸਰਨਾ ਗਾ ਗੁਰਬਾਣੀ ਨਾਲ ਪਿਆਰ ਕਰੋ ਸਾਧ ਸੰਗਤ ਦੀ ਸੇਵਾ ਕਰੋ ਸੇਵਾ ਜ਼ਰੂਰੀ ਨਹੀਂ ਕਿ ਮਾਂ ਨਾਲ ਕਰਨੀ ਹੈ ਗੁਰਮਤਿ ਵਿੱਚ ਤਾਂ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਤਾਂ ਹੀ ਗੁਰੂ ਸਾਰਬ ਨਿਧਾਨ ਦਾਨ ਦੇਤ ਹੈ ਭਾਵਨਾ ਨਾਲ ਕੌਡੀ ਦਾ ਭਾਵੇਂ ਚੌਥਾ ਹਿੱਸਾ ਲਿਆ ਕੇ ਗੁਰੂ ਕੀ ਸੰਗਤ ਵਿੱਚ ਲਾ ਦਈਏ ਉਹਦਾ ਮਨਜ਼ੂਰ ਹੋ ਜਾਂਦਾ ਸੇਵਾ ਦੀਆਂ ਸਾਖੀਆਂ ਬੜੀਆਂ ਹੈ ਚਾਚਾ ਫੱਗੂ ਜੀ ਸਸਰਾਮ ਵਿੱਚ ਹੋਏ ਆ ਜਦੋਂ ਪਤਨਾ ਸਾਹਿਬ ਨੂੰ ਜਾਇਆ ਜਾਏ ਤੁਹਾਡੇ 'ਚ ਕੋਈ ਗਿਆ ਉਹਨੂੰ ਪਤਾ ਹੋਵੇਗਾ ਡਾਕਟਰ ਕਈ ਵਾਰ ਗਿਆ ਉੱਧਰ ਉਹਨੇ ਇੱਕ ਮਾਈ ਤੋਂ ਸੇਵਾ ਮੰਗੀ ਅਤੇ ਕਈਆਂ ਦਾ ਸੁਭਾਅ ਹੁੰਦਾ ਗਾਲਾਂ ਕੱਢਣ ਦਾ ਤਿੱਖੇ ਸਵਾਰੀਆਂ ਹੁੰਦੀਆਂ ਉਹਨੇ ਆਖਿਆ ਮਾਤਾ ਗੁਰੂ ਘਰ ਵਾਸਤੇ ਕੋਈ ਭੇਟਾ ਸੇਵਾ ਦਿਓ ਗਾਲਾਂ ਕੱਢਣ ਲੱਗ ਗਏ ਬਾਬਾ ਖੜ੍ਹਾ ਰਿਹਾ ਚਾਚਾ ਫੱਗੂ ਜੀ ਜਦੋਂ 2-4-10 ਮਿੰਟ ਖੜ੍ਹੇ ਨੇ ਹੋਏ ਫਿਰ ਪੁੱਛਿਆ ਮਾਤਾ ਕੋਈ ਸੇਵਾ ਦਿਓ ਕੂੜਾ ਹੋਣ ਦੀ ਸੀ ਮਾਈ ਉਹਨੇ ਚੁੱਕ ਕੇ ਕੂੜਾ ਕਹਿੰਦੀ ਲਿਆ ਤੈਨੂੰ ਖੇਹ ਪਾਵਾਂ ਕਹਿੰਦੇ ਲਿਆ ਮਾਈ ਖੇਹ ਹੀ ਪਾ ਦੇ ਉਹ ਕੂੜਾ ਝੋਲੀ 'ਚ ਪਵਾ ਕੇ ਆਪਣੇ ਡੇਰੇ ਆ ਗਏ ਉੱਥੇ ਲਿਆ ਕੇ ਬਾਕੀ ਸੇਵਾ ਤਾਂ ਇੱਕ ਪਾਸੇ ਰੱਖ ਦਿੱਤੀ ਜਿਹੜੀ ਕੂੜਾ ਸੀ ਝੋਲੀ ਵਿੱਚੋਂ ਖੋਲ੍ਹ ਲਿਆ ਉਹਦੇ ਵਿੱਚੋਂ ਭਾਲਦਾ ਵੀ ਕੋਈ ਦਾਣਾ ਜਾਂ ਕੋਈ ਹੋਰ ਚੀਜ਼ ਮਿਲ ਜਾਵੇ ਜਿਹੜੀ ਗੁਰੂ ਕੇ ਲੰਗਰ 'ਚ ਪੈ ਜਾਵੇ ਜਾਂ ਕਿਸੇ ਸਿੱਖ ਦੇ ਮੂੰਹ ਵਿੱਚ ਸਾਫ਼ ਕਰਕੇ ਪੈ ਜਾਵੇ ਭਾਲਦਿਆਂ ਭਾਲਦਿਆਂ ਕੀ ਮਿਲਿਆ ਕਿ ਬੇਰ ਦੀ ਗਟਕ ਮਿਲੀ
ਉਹ ਚੱਤੇ ਫੱਗੂ ਨੇ ਸਾਂਭ ਕੇ ਰੱਖ ਲਏ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹੈ। ਉਹ ਅੱਖੀਂ ਵੇਖਣ ਵਾਲੀ ਚੀਜ਼ ਹੈ, ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਮੰਨਦੇ ਨਹੀਂ ਨਾ ਬਹੁਤੇ। ਸਵੇਰੇ ਪ੍ਰਸ਼ਨ ਕੀਤਾ ਸੀ ਬਖਸ਼ੀਸ਼ ਸਿੰਘ ਹੋਣਾ ਨੇ, ਉਹਦਾ ਵੀ ਇਹਦੇ 'ਚ ਉੱਤਰ ਆ ਜਾਵਾਂਗੇ, ਮੇਰੇ ਚੇਤੇ ਆ ਗਿਆ। ਜਿੱਡਾ ਕਹੋ ਸੀਸਾ ਨਾ ਬਾਰੀ ਕਿ ਛੋਟਾ ਜਿਹਾ ਵਿਚਾਲੜਾ ਹਿੱਸਾ, ਇੰਨੀ ਕੁ ਬਾਰੀ ਹੈ। ਉਹਨੇ ਯਾਦ ਕੀਤਾ ਕਿ ਨੌਵੇਂ ਪਾਤਸ਼ਾਹ ਚੜ੍ਹੇ ਚੜ੍ਹਾਏ ਘੋੜੇ ਦੇ ਸਮੇਤ ਤੋਂ ਉੱਤਰ ਮਿਲਣਾ। ਹੁਣ ਤੁਸੀਂ ਦੱਸੋ ਉਹਦੇ ਵਿੱਚ ਘੋੜਾ ਲੰਘ ਜੂ ਅਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਘੋੜੇ 'ਤੇ ਗਏ ਉਹਦੇ ਵਿੱਚ ਜੀ। ਸਿੰਧ ਸਮਾਜ ਘੱਟ ਕੇ ਮੋਹੇ ਕਰਨ ਹਾਰ ਕੋ ਕਛਾਚਰਜ ਨਾਹੇ। ਸਿੰਧ ਨਾਮ ਹੈ ਸਮੁੰਦਰ ਦਾ। ਕੋਈ ਕਹਿ ਦੇਵੇ ਕਿ ਘੜੇ ਦੇ ਵਿੱਚ ਸਮੁੰਦਰ ਪਾ ਦਿੱਤਾ, ਕੋਈ ਮਨੁੱਖ ਮੈਨੂੰ ਪੜ੍ਹਿਆ ਲਿਖਿਆ ਕਦੇ ਨਹੀਂ ਮੰਨਦਾ, ਪੜ੍ਹ ਮੰਨ ਜੂਗਾ। ਪਰ ਕੀ ਨੇ ਕਹਿੰਦੇ ਕਰਨ ਹਾਰ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਅਤਰ ਕਛਾਚਰਜ ਨਾਹੇ। ਉਹਦੇ ਵਾਸਤੇ ਕੋਈ ਅਨੋਖੀ ਗੱਲ ਨਹੀਂ ਜੋ ਮਰਜ਼ੀ ਚਾਹੇ ਕਰ ਦੇਵੇ। ਉਹ ਜਿਹੜੀ ਦੇਰ ਦੀ ਗਿਟਕ ਸੀ ਉਹ ਸਾਂਭ ਕੇ ਰੱਖ ਲਈ। ਗੁਰੂ ਸਾਹਿਬ ਉੱਥੇ ਪਹੁੰਚੇ, ਉੱਥੇ ਪਹੁੰਚਣ ਤੋਂ ਉਹਨਾਂ ਨੇ ਸਾਰੀ ਕਾਰ ਭੇਟਾ ਲਿਆ ਕੇ ਗੁਰੂ ਅੱਗੇ ਰੱਖ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ, ਪ੍ਰੇਮੀਆਂ ਸਾਡਾ ਕੁਝ ਸਾਡੀ ਕੁਝ ਵਸਤੂ ਇੱਥੇ ਰਹਿ ਗਈ ਹੈ। ਉਹ ਹੈਰਾਨ ਹੋ ਗਿਆ ਸਿੱਖ ਵੀ, ਮੈਂ ਚੋਰੀ ਕਦੇ ਕੀਤੀ ਨਹੀਂ ਅਤੇ ਘਰੇ ਮੈਂ ਆਪਣੇ ਕੁਝ ਰੱਖਿਆ ਨਹੀਂ, ਗੁਰੂ ਸਾਹਿਬ ਝੂਠ ਨਹੀਂ ਬੋਲਦੇ ਗਏ, ਇਹਦਾ ਕਾਰਨ ਕੀ ਹੈ? ਫਿਰ ਅੰਦਰ ਗਿਆ, ਚੀਜ਼ਾਂ ਦੇਖ ਕੇ ਆਇਆ, ਕਹਿੰਦਾ ਜੀ ਕੋਈ ਰਹੀ ਨਹੀਂ। ਮਹਾਰਾਜ ਕਹਿਣ ਲੱਗਾ ਖਿਆਲ ਕਰ ਲੈ। ਕਹਿੰਦਾ ਜੀ ਮੈਂ ਭੁੱਲਣਹਾਰ ਹਾਂ, ਕਿਰਪਾ ਕਰੋ ਮੈਨੂੰ ਦੱਸ ਦਿਓ। ਮਹਾਰਾਜ ਕਹਿੰਦੇ ਅੰਦਰ ਵੇਖ ਕੇ ਆ, ਜਾਂ ਜਾ ਕੇ ਹੱਥ ਮਾਰ ਕੇ ਦੇਖਿਆ ਤਾਂ ਉਹ ਗਿਟ ਕਬੇਰ ਦੀ ਜਿਹੜੀ ਕੂੜੇ 'ਚੋਂ ਨਿਕਲ ਸੀ ਹੱਥ ਵਿੱਚ ਆ ਗਈ। ਹੱਥ ਵਿੱਚ ਆਉਣ ਤੋਂ ਮਾਰ ਕੇ ਮਹਾਰਾਜ ਨੂੰ ਆ ਕੇ ਕਹਿਣਗੇ, ਸੱਚੇ ਪਾਤਸ਼ਾਹ ਆਹ ਗਿਟਕ ਰਹਿ ਗਈ ਸੀ, ਇਹ ਮੈਨੂੰ ਮਾਫ਼ੀ ਦਿਓ, ਮੈਨੂੰ ਗਹਿਲੀ ਕਰ ਬੈਠਾ। ਮਹਾਰਾਜ ਕਹਿਣ ਲੱਗੇ ਭਾਈ ਸਾਡੇ ਕੋਲ ਲਿਆ ਹੈ। ਉਹ ਗਿਟਕ ਲੈ ਕੇ ਆਪਣੇ ਹੱਥ ਨਾਲ ਧਰਤੀ 'ਚ ਦੱਬ ਦਿੱਤੇ। ਤੁਸੀਂ ਕਦੇ ਵੀ ਜਾਇਓ ਉੱਥੇ 12 ਮਹੀਨੇ 13 ਦਾ ਪ੍ਰਸ਼ਾਦ ਮਿਲੇਗਾ, ਦੂਜਾ ਪ੍ਰਸ਼ਾਦ ਨਹੀਂ ਬਣਦਾ। ਜਿਵੇਂ ਬਾਲ ਲੀਲਾ ਗੁਰਦੁਆਰੇ ਪਟਨਾ ਸਾਹਿਬ ਘੁੰਮਣੀਆਂ ਦਾ ਪ੍ਰਸ਼ਾਦ ਹੈ ਨਾ, ਛੋਲਿਆਂ ਦਾ, ਇਸੇ ਤਰ੍ਹਾਂ ਉੱਥੇ 13 ਦਾ ਪ੍ਰਸ਼ਾਦ ਹੈ। ਉਹ ਇੱਕ ਗੁੱਸੇ ਨਾਲ ਦਿੱਤੀ ਹੋਈ ਸੇਵਾ ਕਦੋਂ ਤੱਕ ਫਲਣੀ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ। ਸੇਵਾ ਕਰਨੀ ਅਤੇ ਸੇਵਾ ਕਰਾਉਣੀ ਇਹ ਦੋਵੇਂ ਰਾਹ ਹੈ। ਸੇਵਾ ਕਰਨ ਵਾਲਾ ਗੁੱਸਾ ਵੀ ਕਰੇ ਪਰ ਸੇਵਾ ਕਰਾਉਣ ਵਾਲਾ ਗੁੱਸਾ ਨਾ ਕਰੇ।